ਪੰਜਾਬ ਕਾਂਗਰਸ ਵੱਲੋਂ ਅੱਜ ਪਹਿਲੀ ਲਿਸਟ ਜਾਰੀ ਕੀਤੀ ਗਈ ਹੈ ਜਿਦੇ ਵਿੱਚ 86 ਉਮੀਦਵਾਰਾਂ ਦੇ ਨਾਮ ਅਲਾਨੇ ਗਏ ਨੇ ਤਾਂ ਵੱਡੇ ਚਿਹਰੇ ਤਕਰੀਬਨ ਜਿਹੜੇ ਨੇ ਸਾਰੇ ਕਾਂਗਰਸ ਵੱਲੋਂ ਆਪਣੇ ਚੋਣ ਮੈਦਾਨ ਚ ਉਤਾਰੇ ਗਏ ਨੇ ਤਾਂ ਪਰ ਅਕਾਲੀ ਦਲ ਨੇ ਪਹਿਲੇ ਕਿਹਾ ਕਿ ਜਿਹੜੇ ਦਾਗੀ ਮੰਤਰੀ ਸੀ ਉਹਨਾਂ ਨੂੰ ਵੀ ਟਿਕਟਾਂ ਦਿੱਤੀਆਂ ਗਈਆਂ ਨੇ ਸਾਡੇ ਨਾਲ ਰਾਜਕਮਰ ਵੇਰਕਾ ਮੌਜੂਦ ਨੇ ਡਾਕਟਰ ਸਾਹਿਬ ਪਹਿਲਾਂ ਹੀ આરોਪ ਤੁਹਾਡੇ ਤੇ ਲੱਗ ਰਿਹਾ ਦਾਗੀ ਮੰਤਰੀਆਂ ਨੂੰ ਟਿਕਟਾਂ ਦੇਣ ਦਾ ਵਿਕਰਮਜੀਤ ਸਿੰਘ ਨੇ ਅੱਜ ਬਕਾਇਦਾ ਤੌਰ ਤੇ ਪ੍ਰੈਸ ਵਾਰਤਾ ਜਲਾਨ ਕੀਤਾ ਆਪਣੀਆਂ ਤਰੀਕਾ ਕਪੂਤੇ ਜਾ ਕੇ ਦਾਗੀ ਮੰਤਰੀਆਂ ਦੀ ਗੱਲ ਕਰਦਾ ਭਈ ਜਿੰਨੇ ਵੀ ਦਾਗੀ ਸੀ ਉਹ ਇਹਨਾਂ ਦੇ ਟਾਈਮ ਤੇ ਸੀ ਸਾਡੇ ਕਿਹੜਾ ਦਾਗੀ ਹੋ ਭਾਈ ਇਹ ਦਾਗੀ ਹੋਣ ਦਾ ਸਬੂਤ ਇਹ ਲੋਕ ਦੇਣਗੇ ਆ ਮਹੀਨਾ ਰਹਿ ਗਿਆ ਹੀ ਦੇਖ ਜਿਹੜਾ ਨਿਹੰਗਾਂ ਦੇ ਬਾਟੇ ਵਾਂਗੂ ਨਾ ਮਾਣ ਕੇ ਇਹਨਾਂ ਨੂੰ ਭੇਜਣਗੇ ਫਿਰ ਗੱਲ ਕਰਾਂਗੇ ਔਰ ਮੈਂ ਇਹ ਤੁਹਾਨੂੰ ਇਹ ਗੱਲ ਕਹਿ ਰਿਹਾ ਕਿ ਲੋਕ ਮਹਿਸੂਸ ਕਰਦੇ ਐ ਕਿ ਇਹ ਸਰਕਾਰ ਨੇ ਇਮਾਨਦਾਰੀ ਦੇ ਨਾਲ ਸੰਦਾਈ ਦੇ ਨਾਲ ਤੇ ਲੋਕ ਇੱਥੇ ਕੰਮ ਕੀਤੇ ਆ ਔਰ ਇਸ ਲਈ ਤੇ ਆ ਭਾਂਡੇ ਖੜਕੇ ਫਿਰਦੇ ਆ ਕਦੀ ਕਿਤੇ ਕੋਈ ਕਿਤੇ ਕੋਈ ਕਿਤੇ ਇਹ ਨਾ ਇਹ ਇਕੱਠੇ ਆ ਇਹ ਆਠ-ਦਸ ਜਗ੍ਹਾ ਤੇ ਵੰਡੇ ਫਿਰਦੇ ਆ ਔਰ ਮੈਂ ਤੁਹਾਨੂੰ ਇਹ ਗੱਲ ਕਹਿ ਰਿਹਾ ਕਿ ਕਾਂਗਰਸ ਪਾਰਟੀ 2022 ਦੇ ਵਿੱਚ ਕੰਫਰਟ ਮਾਰਚ ਦੇ ਨਾਲ ਦੁਬਾਰਾ ਫਿਰ ਸਰਕਾਰ ਬਣਾਏਗੀ ਪਰ ਪਾਂਡੇ ਖੜਕਦੇ ਤੇ ਕਾਂਗਰਸ ਦੇ ਵੀ ਨਜ਼ਰ ਆ ਰਹੇ ਨੇ ਕਿ ਚੰਨੀ ਸਿੱਧੂ ਜਾਖੜ ਕਿੰਨੇ ਨਾਲ ਦੀ ਸਹਿਮਤੀ ਬੰਦੀ ਨਹੀਂ ਨਜ਼ਰ ਆ ਰਹੀ ਉਹ ਯਾਰ 86 ਸੀਟਾਂ ਡਿਕਲੇਅਰ ਵੀ ਹੋ ਗਈਆਂ ਹੁਣ ਉਹ ਕਿਹੜੀ ਸਹਿਮਤੀ ਬਣਾਣੀ ਹੈ ਇਹ ਤਾਂ ਖਵਾਰੀ ਖਬਰਾਂ ਆਈ ਜਾਂਦੀਆਂ ਜਾਂ ਨਹੀਂ ਪਤਾ ਕੌਣ ਖਬਰਾਂ ਦਿੰਦਾ ਲੇਕਿਨ ਮੈਂ ਤੁਹਾਨੂੰ ਇਹ ਗੱਲ ਕਹਿ ਰਿਹਾ ਬਈ 86 ਆ ਗਈਆਂ ਆ ਬਾਕੀ ਜਣੀਆਂ ਕੋਈ 20 25 ਤੇ ਰਹਿ ਗਈਆਂ ਉਹ ਵੀ ਆ ਜਾਣੀਆਂ ਹੁਣ ਤੇ ਫਿਰ ਸਾਰਿਆਂ ਨੇ ਇਕੱਠੇ ਹੋ ਕੇ ਇਹ ਇਲੈਕਸ਼ਨ ਲੜਨਾ ਪ੍ਰਮੁੱਖ ਮੰਤਰੀ ਦਾ ਚਿਹਰਾ ਨਹੀਂ ਤੁਸੀਂ ਏ ਲਾਉਣੇ ਭਈ ਮੁੱਖ ਮੰਤਰੀ ਦੇ ਸਾਰੇ ਚਿਹਰੇ ਹੀ ਆ ਕ ਕਮਾਲ ਦੀ ਗੱਲ ਕਰਦਾ ਭਈ ਜਦੋਂ ਤੱਕ ਵੀ ਜਦੋਂ ਦਾ ਇੱਥੇ ਇਹ ਇਲੈਕਸ਼ਨ ਹੋ ਰਿਹਾ ਪੰਜਾਬ ਚ ਕਦੇ ਵੀ ਮੁੱਖ ਮੰਤਰੀ ਦਾ ਚਿਹਰਾ ਨਹੀਂ ਲਾਉਣੇ ਸਿਰਫ ਇੱਕ ਵਾਰੀ ਕੈਪਟਨ ਅਮਰਿੰਦਰ ਸਿੰਘ ਦੇ ਟਾਈਮ ਤੇ ਇੱਕ ਵਾਰੀ ਲਾਉਣੇ ਆ ਨਾ ਤੇ ਜੇਕਰ ਭਾਈ ਤੁਸੀਂ ਕਬੋ 70 ਸਾਲਾਂ ਚ ਇੱਕ ਵਾਰ ਹੀ ਲਾਨਿਆਂ ਗਿਆ ਚੇਰਾ ਬਾਕੀ ਤੇ ਕਦੀ ਨਹੀਂ ਲਾਨਿਆਂ ਗਿਆ ਔਰ ਇਹ ਤੁਸੀਂ ਦੇਖੋਗੇ ਕਿ ਕਲੈਕਟਰ ਰਿਸਪਾਂਸਿਬਿਲਟੀ ਦੇ ਨਾਲ ਕਾਂਗਰਸ ਹਾਈ ਕਮਾਂਡ ਦੀ ਅਗਵਾਈ ਦੇ ਅੰਦਰ ਔਰ ਆਪਣੀ ਲੀਡਰਸ਼ਿਪ ਦੀ ਅਗਵਾਈ ਦੇ ਅੰਦਰ ਅਸੀਂ ਇਲੈਕਸ਼ਨ ਲੜਾਂਗੇ ਔਰ ਪੰਜਾਬ ਦਾ ਚਿਹਰਾ ਇਹ ਸਾਰੇ ਸਾਡਾ ਚਾਹ ਨਵਜੋਤ ਸਿੰਘ ਸਿੱਧੂ ਹੈ ਸਾਡਾ ਇਹ ਪੰਜਾਬ ਦਾ ਚਿਹਰਾ ਹੈ ਚਰਨਜੀਤ ਸਿੰਘ ਚੰਨੀ ਹੈ ਸਾਡੇ ਪੰਜਾਬ ਦਾ ਚਿਹਰਾ ਹੈ ਸੁਨੀਲ ਜਾਖੜ ਹੈ ਸਾਡੇ ਪਰਜਾ ਬਾਜਵਾ ਹੈ ਇਹ ਸਾਰੇ ਹੀ ਸਾਡੇ ਪੰਜਾਬ ਦੇ ਚਿਹਰੇ ਹੈ ਔਰ ਪੰਜਾਬ ਦੇ ਚਿਹਰਿਆਂ ਦੇ ਵਿੱਚੋਂ ਜਿਹੜਾ ਵੀ ਉਹ ਫੈਸਲਾ ਹੋਏਗਾ ਚੋਣਾਂ ਤੋਂ ਬਾਅਦ ਹੋਏਗਾ ਪਈ ਮੈਂ ਤੁਹਾਨੂੰ ਇਹ ਗੱਲ ਕਹੀ ਆ ਅੱਜ ਦੀ ਰੇਡ ਦੇ ਅੰਦਰ ਤੇ ਕਾਂਗਰਸ ਦਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਹੈਗਾ ਹੀ ਇਹ ਚ ਕੀ ਸ਼ੱਕ ਹੈ ਅੱਜ ਦੀ ਰੇਡ ਦੇ ਅੰਦਰ ਚੰਜੀ ਸਿੰਘ ਚੰਨੀ ਮੁੱਖ ਮੰਤਰੀ ਹੈਗਾ ਇਹ ਚ ਕੀ ਸ਼ੱਕ ਹੈ ਲੇਕਿਨ ਮੈਂ ਤੁਹਾਨੂੰ ਇਹ ਗੱਲ ਕਹੀ ਹੈ ਕਿ ਕਿਹੜਾ ਕਿਹੜਾ ਲੰਮੜੇ ਚਿਹਰਾ ਤੇ ਹੈ ਹੀ ਆ ਫਿਰ ਸਿੱਧੂ ਹੈ ਸਾਡਾ ਪ੍ਰਧਾਨ 2022 ਦੇ ਵਿੱਚ ਬਾਹਰੀ ਚਿੰਤਾ ਇਹ ਕਿਉਂ ਕਰਦੇ ਆ ਬਾਹਰ ਦੀ ਚਿੰਤਾ ਸਾਨੂੰ ਆਪੇ ਹੀ ਹੈ ਨਾ ਅਸੀਂ ਆਪੇ ਦੇ ਮੁਖਬੰਦੀ ਦਾ ਚਿਹਰਾ ਨਹੀਂ ਲਾਣੂ ਨਹੀਂ ਕੋਈ ਜ਼ਰੂਰੀ ਨਹੀਂ ਹੈ ਹਾਈ ਕਮਾਂਡ ਫੈਸਲਾ ਕਰੇਗਾ ਇਸ ਤੇ ਜੋ ਵੀ ਫੈਸਲਾ ਕਰਨਾ ਲੇਕਿਨ ਮੈਂ ਸਮਝਦਾ ਕਿ ਕਾਂਗਰਸ ਪਾਰਟੀ ਇੱਕ ਕੰਫਰਟ ਮਾਰਚੰ ਦੇ ਨਾਲ ਜਿੱਤਣ ਜਾ ਰਹੀ ਹੈ ਲੋਕ ਕਾਂਗਰਸ ਪਾਰਟੀ ਨੂੰ ਜਿਤਾਣਾ ਚਾਹੁੰਦੇ ਹੈ ਕਾਂਗਰਸ ਦੀ ਟਟਾਂ ਤੇ ਦੇਰੀ ਕਿਉਂ ਆਉਂਦੀ ਯਾਰ ਹਮੇਸ਼ਾ ਹੁੰਦਾ ਆ ਗੱਲ ਨਹੀਂ ਸਮਝਦਾ ਕਾਂਗਰਸ ਪਾਰਟੀ ਕੋ ਫਲਾਪ ਸ਼ੋ ਥੋੜੀ ਹੈ ਕੋਈ ਫਲਾਪ ਹੀਰੋ ਥੋੜੀ ਹੈ ਭਈ ਫਲਾਪ ਹੀਰੋ ਸੁਖਵੀਰ ਬਾਦਲ ਪਹਿਲੇ ਟਿਕਟਾਂ ਵਿੱਚ ਹੀ ਚੀਜ਼ਾਂ ਦਾ ਹੀ ਆਪਣੀਆਂ ਬਾਅਦ ਚ ਕਿਸੇ ਨੇ ਦੇਖਣਾ ਹੀ ਹੁਣ ਔਰ ਇਸੇ ਦਾ ਕੇਜਰੀਵਾਲ ਫਲਾਪ ਬੰਦਾ ਔਰ ਇਹ ਫਲਾਪ ਬੰਦੇ ਪਹਿਲੇ ਟਿਕਟਾਂ ਵਿੱਚ ਇਹ ਕਿਤੇ ਕਹੇ ਨਾ ਇੱਕ ਕੈਂਡੀਡੇਟ ਨਾ ਲੱਭਣ ਇਸ ਲਈ ਇਹ ਪਹਿਲੇ ਟਿਕਟਾਂ ਨੇ ਦਿੱਤੀਆਂ ਕਾਂਗਰਸ ਪਾਰਟੀ ਕੋ ਕੰਫਰਟਬਲੀ ਸਾਰੇ ਕੈਂਡੀਡੇਟ ਹੈਗੇ ਆ ਔਰ ਕਾਂਗਰਸ ਪਾਰਟੀ ਸੋਚ ਵਿਚਾਰ ਕਰਕੇ ਇਹ ਠੀਕ ਟਾਈਮ ਤੇ ਹਮੇਸ਼ਾ ਠੀਕ ਫੈਸਲੇ ਲੈਂਦੀ ਹੈ ਮੋਗਾ ਸੀਟ ਦੇ ਉੱਤੇ ਹਰਜੋਤ ਕਬਲ ਜਰੇ ਨੇ ਕਹਿ ਰਹੇ ਕਿ ਪਾਪ ਪਤ ਜਾਣ ਦੇ ਚੁੱਕਾ ਕਿਉਂਕਿ ਉੱਥੇ ਮਲਵਾਈ ਕਸੂਦ ਨੂੰ ਟਿਕਟ ਦਿੱਤੀ ਹੈ ਬਈ ਚੰਗੀ ਗੱਲ ਹੈ ਅਗਰ ਉਹ ਬੀਚੇ-ਬੀਚ ਜਾਣਾ ਚਾਹੁੰਦੇ ਕਿਸੇ ਨਾ ਕਿਸਨੇ ਤਾਂ ਬੀਜਪੀ ਨਾਲੋਂ ਲੜਨਾ ਹੀ ਸੀ ਨਾ ਤੇ ਉਹ ਲੜ ਲੇਗਾ ਉਹਨਾਂ ਕੀ ਦਿੱਕਤ ਹੈ ਲੇਕਿਨ ਬੀਜਪੀ ਦੀ ਵਿਚਾਰੇ ਜਮਾਨਤਾ ਜਬਤਾ ਹੈਗੀਆਂ ਜਮਾਨਤ ਜਬਤ ਪਾਰਟੀ ਚੋਂ ਉਨੇ ਲੈਣਾ ਕੀ ਸੀ ਲੇਕਿਨ ਉਹਨੂੰ ਕਾਂਗਰਸ 'ਚ ਰਹਿਣਾ ਚਾਹੀਦਾ ਸੀ ਕਾਂਗਰਸ ਪਾਰਟੀ ਦਾ ਸਾਥ ਦੇਣਾ ਚਾਹੀਦਾ ਸੀ ਕਾਂਗਰਸ ਪਾਰਟੀ ਇੱਕ ਵਿਸ਼ਾਲ ਪਾਰਟੀ ਹੈ ਕਿਸੇ ਹੋਰ ਜਗ੍ਹਾ ਦੇ ਉੱਪਰ ਚੰਗੀ ਜਗ੍ਹਾ ਉਹਨਾਂ ਨੂੰ ਰਿਗਿਸਟਰ ਕੀਤਾ ਜਾ ਸਕਦਾ ਹੈ ਮੈਂ ਸਮਝਿਆ ਹਰਜੋਤ ਕਮਲ ਹੋਰਾ ਨੇ ਜਲਦਬਾਜ਼ੀ ਦੀ ਗਲਤੀ ਕੀਤੀ ਹੈ ਸਾਧੂ ਸਿੰਘ ਧਰਮਸੋਧ ਦੇ ਉੱਤੇ ਅਕਾਲੀ ਦਲ ਵੱਲੋਂ ਨਿਸ਼ਾਨਾ ਸਾਧਿਆ ਗਿਆ ਕਿ ਉਹਨਾਂ ਤੇ આરોਪ ਨੇ ਬਟ ਫਿਰ ਵੀ ਉਹਨਾਂ ਨੂੰ ਜਿਹੜੀ ਟਿਕਟ ਦਿੱਤੀ ਗਈ ਹੈ ਮੈਂ ਤੁਹਾਨੂੰ ਕਿਹਾ ਕਿ ਰੋਪ ਤੈ ਕੋਰਟਾਂ ਕਰਦੀਆਂ ਕਚਹਿਰੀਆਂ ਕਰਦੀਆਂ ਕਾਨੂੰਨ ਕਰਦਾ ਅਜੇ ਤੱਕ ਉਹਨਾਂ ਦੇ ਖਿਲਾਫ ਕਿਸੇ ਵੀ ਕਿਸਮ ਦਾ ਕੋਈ ਰੋਪ ਤੈ ਨਹੀਂ ਹੋਇਆ ਔਰ ਕੋਈ ਵੀ ਕਿਸਮ ਦੀ ਕੋਈ ਸਜ਼ਾ ਨਹੀਂ ਹੋਈ ਤੇ ਐਵੇਂ ਇਲਜ਼ਾਮ ਦੇ ਆਧਾਰ 'ਤੇ ਕਿਸੇ ਨੂੰ ਦੋਚੀ ਨਹੀਂ ਠਾਇਆ ਜਾਂਦਾ ਤਾਂ ਬਾਕੀ ਲਿਸਟ ਕੋਲ ਤੱਕ ਨਾਂ ਦੇ ਉਮੀਦ ਹੈ ਕਿਉਂਕਿ 86 ਤੋਂ ਬਾਅਦ ਬਾਕੀ ਵੀ ਹਲੇ ਲਿਸਟ ਹੈ तकरीबन 30 ਬੰਦੇ ਰਹਿੰਦੇ ਨੇ ਦੋ ਤਿੰਨ ਦਿਨ ਅੰਦਰ ਇਹ ਸਾਰੀ ਲਿਸਟ ਆ ਜਾਏਗੀ ਕਿਉਂਕਿ ਸਹਿਮਤੀ ਨਹੀਂ ਬਣ ਸਕੀ ਨਹੀਂ ਸਹਿਮਤੀ ਨਹੀਂ ਹੁੰਦੀ ਸੋਚ ਵਿਚਾਰ ਹੁੰਦੀ ਹੈ ਔਰ ਸਾਰਿਆਂ ਦੀ ਸੋਚ ਵਿਚਾਰ ਦੇ ਨਾਲ ਸਹਿਮਤੀ ਜਿਨ ਨੂੰ ਕੋ ਇਹ ਸਹਿਮਤੀ ਦੇ ਨਾਲ ਹੀ 86 ਟਿਕਟਾਂ ਹੋਈਆਂ ਬਾਕੀ ਵੀ ਸਹਿਮਤੀ ਦੇ ਨਾਲ ਹੀ ਹੋਣਗੀਆਂ ਡਾਕਟਰ ਸਾਹਿਬ ਇੱਕ ਸਵਾਲ ਹੈ ਕਿ ਜਿਹੜੇ ਜਿਹੜੇ ਸਿੱਧੂ ਮੂਸੇਵਾਲਾ ਨਵੇਂ ਪਾਰਟੀ ਚ ਆਏ ਨੇ ਤੁਹਾਨੂੰ ਟਿਕਟ ਦਿੱਤੀ ਹੈ। ਔਰ ਪੁਰਾਣੇ ਜਿਹੜੇ ਲੋਕ ਸੀ ਜਿਹੜੇ ਪੁਰਾਣੇ ਕੈਡਰ ਦੇ ਲੋਕ ਸੀ ਉਹਨਾਂ ਨੂੰ ਕਿਤੇ ਨਾ ਕਿਤੇ ਖਫਾ ਜਿਹਾ ਹੈ। ਉਹ ਕਾਂਗਰਸ ਪਾਰਟੀ ਕੋਲ ਕਿਤਾ ਗਿਆ। ਨਹੀਂ ਨਹੀਂ ਇਦਾਂ ਨਹੀਂ ਹੁੰਦਾ। ਲੇਕਿਨ ਕਾਂਗਰਸ ਪਾਰਟੀ ਚ ਇਹ ਬਹੁਤ ਜ਼ਰੂਰੀ ਹੁੰਦਾ ਹੈ ਕਿ ਕੁਝ ਨਵੇਂ ਲੋਕਾਂ ਨੂੰ ਵੀ ਲੈ ਕੇ ਆਉਣਾ ਚਾਹੀਦਾ ਹੈ ਫਿਰ ਲੋਕ ਕਹਿੰਦੇ ਆ ਕਿ ਭਾਈ ਨਵੇਂ ਲੋਕਾਂ ਨੂੰ ਤੁਸੀਂ ਮੌਕਾ ਨਹੀਂ ਦਿੰਦੇ ਜਿਹੜੀ ਵੀ ਕੋਈ ਚੰਗੇ ਆ ਜਿਹੜੇ ਵੀ ਲੋਕ ਜਿਨ੍ਹਾਂ ਨੂੰ ਪੰਜਾਬ ਦੇ ਲੋਕ ਪਿਆਰ ਕਰਦੇ ਹੋਣ ਉਹਨਾਂ ਨੂੰ ਜ਼ਰੂਰ ਕਾਂਗਰਸ ਪਾਰਟੀ ਲੈ ਕੇ ਆਉਂਦੀ ਹੈ ਔਰ ਮੈਂ ਸਮਝਦਾ ਕਿ ਸਿੱਧੂ ਮੂਸੇਵਾਲਾ ਹੋਵੇ ਸੋਨੂ सूद ਹੋਵੇ ਇਹ ਅਜਿਹੇ ਨਾਮ ਹੈ ਜਿਨ੍ਹਾਂ ਜਿਹੜੇ ਯੂਥ ਜਿਹਨੂੰ ਫੋਲੋ ਕਰਦਾ ਹੈ ਜਿਨ੍ਹਾਂ ਨੇ ਚੰਗੀ ਪਾਰਟੀ ਸਮਝ ਕੇ ਚੰਗੇ ਫੈਸਲੇ ਕੀਤੇ ਆ ਤੇ ਹੁਣ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਜੇ ਸੋਨੂ सूद ਕਹਿ ਰਿਹਾ ਕਾਂਗਰਸ ਪਾਰਟੀ ਗਿਆ ਚੰਗੇ ਕੰਮ ਕੀਤੇ ਆ ਉਹਨਾਂ ਨੇ ਮੋਹਰ ਲਗਾਈ ਹੈ ਸਿੱਧੂ ਮੂਸੇਵਾਲਾ ਕਹਿ ਰਿਹਾ ਇਹਦਾ ਮਤਲਬ ਕਾਂਗਰਸ ਪਾਰਟੀ ਕੰਫਰਟ ਮਾਰਚ ਨਾਲ ਦੁਬਾਰਾ ਜਿੱਤਣ ਜਾ ਰਹੀ ਹੈ ਲਖਵਿੰਦਰ ਵਡਾਲੀ ਦੀ ਵੀ ਗੱਲਬਾਤ ਚੱਲ ਰਹੀ ਹੈ ਜੀ ਡਾਕਟਰ ਸਾਹਿਬ ਅਜੇ ਤੱਕ ਹਾਈ ਕਮਾਂਡ ਨੇ ਕੋਈ ਫੈਸਲਾ ਨਹੀਂ ਕੀਤਾ ਔਰ ਅਗਰ ਫੈਸਲਾ ਹੋਏਗਾ ਜ਼ਰੂਰ ਇਤਲਾ ਕਰਾਂਗਾ ਪਤਾ ਚੱਲਿਆ ਕਿ ਤੁਸੀਂ ਖੁਦ ਉਹਦੇ ਵਿੱਚ ਕਾਫੀ ਇੰਟਰਸਟਿਡ ਹੋਗੇ ਤੁਹਾਡੇ ਨਾਲ ਗੱਲਬਾਤ ਹੋਈ ਚਾਲੀ ਕਿਉਂਕਿ ਤੁਹਾਡੇ ਹਲਕੇ ਦੇ ਵੀ ਨੇ ਮੈਂ ਤੁਹਾਨੂੰ ਇਹ ਗੱਲ ਕਹੀ ਹੈ ਕਿ ਅਜੇ ਕੋਈ ਫੈਸਲਾ ਹੋਇਆ ਨਹੀਂ ਅਗਰ ਜਦੋਂ ਕੋਈ ਗੱਲਬਾਤ ਚੱਲਦੀ ਹੈ ਜਦੋਂ ਫੈਸਲਾ ਹੋ ਸੀਐਮ ਚੇਰਾ ਵਸਤੇ ਕੇਜਰੀਵਾਲ ਨੇ ਬਾਕਾਇਦਾਤ ਵੋਟਿੰਗ ਕਰਾਈ ਹੈ ਕਿ ਲੋਕ ਫੋਨ ਕਰਕੇ ਆਪਣਾ ਦੱਸਣ ਉਹਨਾਂ ਦਾ ਸੀਐਮ ਚੇਰਾ ਮੇਰਾ ਸਵਾਲ ਕਹਿੰਦੇ ਜੀ ਜਿਹੜਾ ਵੀ ਉਹ ਕਹਿਣਗੇ ਅਸੀਂ ਉਹਨੂੰ ਸੀਐਮ ਚੇਰਾ ਬਣਾਵਾਂਗੇ ਮੈਂ ਤੁਹਾਨੂੰ ਕੀ ਕਿਹਾ ਆ ਲੈ ਚੈੱਕ ਕਰਾਂ ਹਾਂ ਭਲਾ ਜਿਹੜੀ ਕੇਜਰੀਵਾਲ ਨੇ ਵੋਟਿੰਗ ਕਰਾਈ ਹੈ ਨਾ 80% ਲੋਕਾਂ ਨੇ ਕਿਹਾ ਕਿ ਰਣਜੀਤ ਚੰਨੀ ਮੁੱਖ ਮੰਤਰੀ ਹੋਣਾ ਚਾਹੀਦਾ ਆ ਕਿਹਾ ਉਹ ਕਹਿੰਦੇ 8 ਲੱਖ ਕਾਲਸ ਆਈਆਂ ਸਾਰੀਆਂ 8 ਲੱਖ ਕਾਲ ਚ 6 ਲੱਖ ਕਾਲ ਨੇ ਚੰਨੀ ਦਾ ਨਾਮ ਲਿਆਈ ਉਹ ਵਿਚਾਰੇ ਸ਼ਰਮ ਦੇ ਮਾਰੇ ਕਿਸੇ ਨੂੰ ਦੱਸਦੇ ਨਹੀਂ ਪਏ ਦਖਾਨ ਕਿੱਥੇ ਹੀ ਉਹ 8 ਲੱਖ ਸਰਵੇ 8 ਲੱਖ ਲਿਸਟ ਜਾਰੀ ਕਰ ਲੈਣ ਉਹ 6 ਲੱਖ ਲੋਕਾਂ ਨੇ ਚੰਨੀ ਦਾ ਨਾਮ ਲਿਆ ਹੀ ਤੇ ਭਗਵੰਤ ਮਾਨ ਦਾ ਨਾਮ ਕਿਸੇ ਨੇ ਲਿਆ ਹੀ ਨਹੀਂ ਕਾਰਨ ਉਹ ਕਾਰਨ ਸਾਰੇ ਜਾਣਦੇ ਯਾਰ ਛੱਡ ਪਰੇ ਇਹ ਕਾਰਨ ਕੀ ਭਗਵੰਤ ਮਾਨ ਭਗਵੰਤ ਮਾਨ ਯਾਰ ਗਾਲੇ ਸੁਣੋ ਨਾ ਉਹ ਨਹੀਂ ਬਣਾਉਣਾ ਚਾਹੁੰਦਾ ਉਹ ਕੇਦਰੀਵਾਲ ਉਹ ਕਾਰਨ ਨਹੀਂ ਬਣਾਉਣਾ ਚਾਹੁੰਦਾ ਖੁਦ ਬੰਨਾ ਚਾਹੁੰਦਾ ਈ ਲਾਲਚੀ ਹੋ ਕਿ ਉਹ ਕੇਦਰੀਵਾਲ ਕਿਸੇ ਨੂੰ ਯਾਰ ਮੈਨੂੰ ਦੱਸ ਛੋਟੇ ਪਰਦੇ ਦੀ ਫੱਟੀ ਪੋਚੀ ਉਹਨੇ ਆਣਾ ਫੁਲਕੇ ਦੀ ਫੱਟੀ ਉਹਨੇ ਪੋਚੀ ਜਿੰਨੇ ਜਿੰਨੇ ਵੀ ਅੱਗੇ ਆਏ ਫਿਰ ਉਹ ਖੈਰੇ ਦੀ ਫੱਟੀ ਉਹਨੇ ਪੋਚੀ ਜਿਹੜਾ ਕੋਈ ਅੱਗੇ ਇਹ ਚਿਹਰਾ ਹੁੰਦਾ ਉਹਨੂੰ ਹੀ ਫੱਟੀ ਪੋਚ ਜਾਂਦਾ ਤੇ ਹੁਣ ਭਗਵੰਤ ਮਾਨ ਦੀ ਫੱਟੀ ਪੋਚ ਜਾਨੀ ਗੱਲ ਤੇ ਨਹੀਂ ਮੇਰੀ ਗੱਲ ਸੁਣ ਲੈ ਤੇ ਉਹਨੂੰ ਕੋਈ ਪਸੰਦ ਨਹੀਂ ਹੈ ਉਹ ਸਿਰ ਆਪਣੇ ਆਪ ਨੂੰ ਕੇਜਰੀਵਾਲ ਪਸੰਦ ਕਰਦਾ ਦੂਜਿਆਂ ਨੂੰ ਪਸੰਦ ਕਰਦਾ ਹੀ ਨਹੀਂ ਕਾਂਗਰਸ ਵਾਸਤੇ ਚੈਲੰਜ ਕੀ ਹੈ ਇਸ ਵਾਰ ਦੇ ਇਲੈਕਸ਼ਨਾਂ ਦੇ ਵਿੱਚ ਕਾਂਗਰਸ ਨੂੰ ਕੋਈ ਚੈਲੰਜ ਨਹੀਂ ਹੈਗਾ ਭਾਈ ਆ ਜਿਹੜੇ ਆ ਨਾ ਆਪੋ ਦੇ ਵਿੱਚ ਚੈਲੈਂਜ ਇੱਕ ਦੂਸਰੇ ਨੂੰ ਕਰਦੇ ਫਿਰਦੇ ਆ ਸਾਰੇ ਹੀ ਨਾ ਕੋਈ ਚੈਲੰਜ ਸਾਨੂੰ ਹੈ ਨਾ ਕੋਈ ਹੋਏਗਾ ਹਾਂ ਹੋਰ ਇਸ ਵਤ ਪਾਰਟੀ ਦੀ ਜੀ ਪ੍ਰਾਥਮਿਕਤਾ ਕੀ ਹੋਏਗੀ ਕਾਂਗਰਸ ਦੀ ਪ੍ਰਾਥਮਿਕਤਾ ਰਹਿੰਦੇ ਕੰਮਾਂ ਨੂੰ ਪੂਰਾ ਕਰਨਾ ਔਰ ਲੋਕਾਂ ਦੀਆਂ ਜੜੀਆਂ ਆਸ ਉਮੀਦਾਂ ਆ ਉਹਨਾਂ ਦੇ ਖਰੇ ਉਤਰਨਾ ਔਰ ਜਿਹੜੇ ਪਹਿਲੇ ਫੈਸਲੇ ਆ ਲੋਕਾਂ ਤੱਕ ਇਹ ਪਹਚਾਣੇ ਔਰ ਲੋਕਾਂ ਨੂੰ ਕਹਿਣਾ ਕਿ ਜਿੰਨੇ ਫੈਸਲੇ ਕੀਤੇ ਆ ਅਸੀਂ ਜ਼ਮੀਨ ਤੋਂ ਉਤਾਰੇ ਆ ਔਰ ਵੀ ਜਿੰਨੀਆਂ ਬਾਕੀ ਦੀਆਂ ਚੀਜ਼ਾਂ ਹੈਗੀਆਂ ਅਸੀਂ ਚੰਗੇ ਫੈਸਲੇ ਲਾ ਕੇ ਲੋਕਾਂ ਵਿੱਚ ਆਵਾਂਗੇ ਮੈਨੀਫੈਸਟੋ ਕਦੋਂ ਲੈ ਕੇ ਆਓਗੇ ਮੈਨੀਫੈਸਟੋ ਬੜੀ ਜਲਦੀ 1 ਹਫਤੇ ਦੇ ਵਿੱਚ ਆਏਗਾ ਤਾਂ ਉਹਦੇ ਚ ਕੀ ਸਿੱਧੂ ਦੇ ਪੰਜਾਬ ਮਾਡਲ ਦਾ ਹਵਾਲਾ ਦਿੱਤਾ ਤੇ ਬਿਲਕੁਲ ਸਿੱਧੂ ਦੇ ਪੰਜਾਬ ਮਾਡਲ ਦਾ ਹਵਾਲਾ ਆਇਆ ਤਰ੍ਹਾਂ ਐਸੀ ਡਾਕਟਰ ਹਾਕਮਰ ਵੇਕਾ ਜਿਨ੍ਹਾਂ ਨਾਲ ਗੱਲਬਾਤ ਕੀਤੀ ਹੈ ਤਾਂ ਸਿੱਧੇ ਤੌਰ ਤੇ ਕਾਲੀ ਦਲ ਤੇ ਖਾਸ ਕਰਕੇ ਆਵਾਜ਼ ਦੀ ਪਾਰਟੀ ਤੇ ਨਿਸ਼ਾਨਾ ਸਾਧਦੇ ਹੋਏ ਨਜ਼ਰ ਆਇਆ ਨੇ ਪਰ ਦੇਖਣਾ ਹੋਏਗਾ ਕਿ 2022 ਦੇ ਵਿੱਚ ਜਨਤਾ ਕਿਸ ਨੂੰ ਆਪਣਾ ਹੀਰੋ ਚੁੰਦੀ ਹੈ ਤਾਂ ਉਸ ਦੀ ਸਰਕਾਰ ਪੰਜਾਬ ਚ ਬਣੂਗੀ ਕੈਮਰਾਮੈਨ ਅਕਸ਼ੇ ਦੇ ਨਾਲ ਸੁਮਿਤ ਕਨਨ ਜਗਮਨੀ ਟੀਵੀ ਅੰਮ੍ਰਿਤਸਰ